ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਦਾਬ ਨਮਸਕਾਰ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਤੇ ਖੁਸ਼ ਹੋਵੋਗੇ ਦਿਵਾਲੀ ਦੀਆਂ ਸਫਾਈਆਂ ਤੋਂ ਬਾਅਦ ਹੁਣ ਆਪਣੀ ਵਾਰੀ ਵੀ ਆ ਗਈ ਕਰਵਾ ਚੌਥ ਲੈਡੀ ਜੀ ਦਾ ਸਪੈਸ਼ਲ ਡੇ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਕਿੰਨੀਆਂ ਤਿਆਰੀਆਂ ਕਰਨੀਆਂ ਹੁੰਦੀਆਂ ਨੇ ਆਪਣੇ ਬੱਚੀਆਂ ਵੀ ਤਿਆਰੀਆਂ ਕਰ ਰਹੀਆਂ ਨੇ ਆਪਣੇ ਆਪ ਦੀ ਸਫਾਈ ਵੀ ਤੁਹਾਨੂੰ ਪਤਾ ਵੀ ਕਿਸੇ ਬਹਾਨੇ ਸਰੀ ਹੁੰਦੀ ਆ ਜਾਂ ਤਾਂ ਕੋਈ ਓਕੇਜਨ ਹੋਵੇ ਫੇਰ ਹੀ ਧਿਆਨ ਆਉਂਦਾ ਵੀ ਆਪਣਾ ਵੀ ਖਿਆਲ ਕਰੀਏ ਥੋੜਾ ਜਿਹਾ ਛੋਟੇ ਬੱਚਿਆਂ ਦੇ ਨਾਲ ਜ਼ਿਆਦਾ ਔਖਾ ਹੁੰਦਾ ਸਰਦੀਆਂ ਦੇ ਦਿਨ ਵੀ ਛੋਟੇ ਹੁੰਦੇ ਆ ਪਹਿਲਾਂ ਤਾਂ ਘਰ ਦੇ ਕੰਮ ਹੀ ਨਹੀਂ ਮੁੱਕਦੇ ਕਿਹੜੇ ਟਾਈਮ ਤੱਕ ਕੁਝ ਪਿੰਡਾਂ ਦਾ ਮਾਹੌਲ ਵੀ ਇਹੋ ਜਿਹਾ ਹੀ ਹੁੰਦਾ ਵੈਸੇ ਤਾਂ ਅੱਜ ਕੱਲ੍ਹ ਜਾਗਰੂਕਤਾ ਬਹੁਤ ਆ ਗਈ ਹੈਗੀ ਟੀਵੀ ਸੀਰੀਅਲਾਂ 'ਚ ਦੇਖ-ਦੇਖ ਕੇ ਵੈਸੇ ਜਦੋਂ ਤੋਂ ਹਰੇਕ ਦੇ ਹੱਥ ਵਿੱਚ ਮੋਬਾਈਲ ਪਹੁੰਚ ਗਿਆ ਉਦੋਂ ਤੋਂ ਜ਼ਿਆਦਾ ਪਤਾ ਲੱਗ ਗਿਆ ਸਭ ਨੂੰ ਆਪਣਾ ਆਪ ਧਿਆਨ ਰੱਖਣ ਦਾ ਪਹਿਲਾਂ ਤਾਂ ਵਰਤ ਵੀ Hindu ਲੋਕ ਹੀ ਰੱਖਦੇ ਹੁੰਦੇ ਸੀਗੇ ਹੁਣ ਤਕਰੀਬਨ ਸਾਰੇ ਰਿਵਾਜ ਹੋ ਗਏ ਹੁੰਦਾ ਇੱਕ ਫੈਸ਼ਨ ਹੀ ਬਣ ਗਿਆ ਚਲੋ ਸਮੇ ਸਮੇ ਦਾ ਰਾਗ ਸਾਰੇ ਗਾਉਂਦੇ ਨੇ ਸਾਡੇ ਵੀ ਮਨਦੀਪ ਤੇ ਹਰਪ੍ਰੀਤ ਜਾ ਕੇ ਇੱਕ ਦਿਨ ਪਹਿਲਾਂ ਥ੍ਰੈਡਿੰਗ ਕਰਵਾਈਆਂ ਸੀ ਫਿਰ ਅੱਜ ਉਹਨਾਂ ਨੇ ਕਿਹਾ ਵੀ ਫੇਸ਼ਲ ਕਰ ਲਈਏ ਫਿਰ ਮਹਿੰਦੀ ਵੀ ਲਾਉਣੀ ਆ ਫੇਸ਼ਲ ਵੀ ਘਰ ਵਿੱਚ ਹੀ ਕਰ ਲੈਂਦੀਆਂ ਨੇ ਐਵੇਂ ਅਸੀਂ ਕਦੇ ਪਾਰਲਰਾਂ 'ਤੇ ਜਾ ਕੇ ਨਿਕਦੇ ਬਾਹਲੇ ਪੈਸੇ ਲਾਏ ਹੈਗੇ ਹਾਂ ਬਸ ਉਹ ਥ੍ਰੈਡਿੰਗ ਆ ਜ਼ਰੂਰ ਉਹ ਵੀ ਪਹਿਲਾਂ ਮੈਂ ਕਰ ਦਿੰਦੀ ਸੀ ਹੁਣ ਮੇਰੀ ਥੋੜੀ ਜੀ ਨਜ਼ਰ ਘਟ ਗਈ ਅੱਗੇ ਨਾਲੋਂ ਮੈਨੂੰ ਦਿਸਦਾ ਘੱਟ ਆ ਤਾਂ ਕਰਕੇ ਇਹ ਚਲੀਆਂ ਜਾਂਦੀਆਂ ਨੇ ਹਜੇ ਵੀ ਕਹਿੰਦੀ ਆ ਮੰਮੀ ਤੁਸੀਂ ਕਰ ਦਿਆ ਕਰੋ ਤਾਂ ਮਹਿੰਦੀ ਲਾ ਰਹੀਆਂ ਨੇ ਉਧਰ ਸਵੇਰਾ ਨੂੰ ਬਹੁਤ ਚੋਅ ਉਹਨੇ ਆਪਣਾ ਸਭ ਤੋਂ ਪਹਿਲਾਂ ਰੌਲਾ ਪਾਇਆ ਵੀ ਮੇਰੇ ਲਾਓ ਪਹਿਲਾਂ ਮਹਿੰਦੀ ਮੈਂ ਵਰਤ ਰੱਖਣਾ ਉਹ ਦੇਖਦੀ ਕਿ ਆਪਣੀ ਮੰਮੀ ਘਣਾ ਨੂੰ ਬਹੁਤ ਚੋਅ ਕਰਦੀ ਆ ਅਸਵੇਰਾ ਦੇ ਲੱਗ ਰਹੀ ਆ ਹੁਣ ਇਸ ਟਾਈਮ ਹਰਪੀਤ ਲਾ ਰਹੀ ਆ ਮਹਿੰਦੀ ਤਾਂ ਬਹੁਤ ਸੋਹਣੀ ਲਾ ਲੈਂਦੀਆਂ ਨੇ ਪਰ ਟਾਈਮ ਹੀ ਘਟ ਹੁੰਦਾ ਥੋੜਾ ਜਿਹਾ ਮਹਿੰਦੀ ਖੁੱਲੇ ਟਾਈਮ ਦਾ ਕੰਮ ਸੂਟ 10 12 ਦਿਨ ਪਹਿਲਾਂ ਸਵਾਲੇ ਸੀਗੇ ਹੋਰ ਵਰਤਾਂ ਦਾ ਸਮਾਨ ਮੈਂ ਕਾਫੀ ਦਿਨ ਪਹਿਲਾਂ ਹੀ ਲਿਆਤਾ ਸੀਗਾ ਇਹਨਾਂ ਨੂੰ ਤੁਹਾਨੂੰ ਦਿਖਾਇਆ ਵੀ ਸੀਗਾ ਮੈਂ ਕੁਛ ਆਪ ਵੀ ਗਈਆਂ ਸੀ ਜਦੋਂ ਥ੍ਰੈਡਿੰਗ ਕਰਾਉਣ ਕੁਛ ਹੋਰ ਲੈ ਆਈਆਂ ਜੋ ਇਹਨਾਂ ਨੂੰ ਚਾਹੀਦਾ ਸੀਗਾ ਵੈਸੇ ਵੀ ਸਾਡੇ ਕੀ ਬਹੁਤ ਜ਼ਿਆਦਾ ਕਰੇਜ਼ ਨਹੀਂ ਹੁੰਦਾ ਵਰਤਾਂ ਦਾ ਬਹੁਤ ਜ਼ਿਆਦਾ ਸ਼ਾਪਿੰਗ ਕਰ ਕਰਕੇ ਲੈ ਆਉਂਦੀ ਇੱਕ ਬਸ ਸਿੰਪਲ ਜਿਹਾ ਇੱਕ ਰਵਾਜ ਆ ਬਸ ਜਿਹੜਾ ਪੂਰਾ ਕਰਦੇ ਆ ਇੰਨਾ ਕਚੋ ਪੂਰਾ ਕਰ ਲੈਂਦੀਆਂ ਨੇ ਬਸ ਤੁਹਾਨੂੰ ਸਾਡੀ ਇਹ ਤਿਆਰੀ ਦੀ ਵੀਡੀਓ ਕਿਹੋ ਜਿਹੀ ਲੱਗੀ ਆਪਣੀ رائے ਜ਼ਰੂਰ ਦਿਓ ਜੀ ਲਾਈਕ ਕਰਿਓ ਸ਼ੇਅਰ ਕਰੋ ਤੇ ਕਮੈਂਟ ਵੀ ਕਰਿਓ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਵੀ ਕਰਦਿਆ ਕਰੋ ਪਲੀਜ਼ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਕੁਛ ਨਾ ਕੁਛ ਮੋਟੀਵੇਸ਼ਨ ਵੀ ਮਿਲਦਾ ਅੱਗੇ ਤੋਂ ਹੋਰ ਵਧੀਆ ਕਰਨ ਦਾ ਅੱਜ ਲਈ ਇੰਨਾ ਹੀ ਜੀ ਥੈਂਕ ਯੂ ਐਂਡ ਬਾਏ ਬਾਏ